ਸੀ। ਜਿਹੜਾ ਨਾਸਤਿਕ ਬੰਦਾ ਨਾ ਉਹਨੂੰ ਪ੍ਰੈਕਟੀਕਲੀ ਪ੍ਰਮਾਣ ਚਾਹੀਦੇ ਨੇ, ਉਹ ਪ੍ਰਮਾਣ ਮੰਗਦਾ ਹੈ, ਅਤੇ ਜਿਹੜਾ ਆਸਤਿਕ ਬੰਦਾ ਉਹ ਪ੍ਰੇਮ ਮੰਗਦਾ। ਜਿਨ ਪ੍ਰੇਮ ਲਿਓ, ਜਿਹੜਾ ਆਸਤਿਕ ਬੰਦਾ ਉਹ ਪ੍ਰੇਮ ਕਰੀ ਬੈਠਾ, ਜਿਹੜਾ ਨਾਸਤਿਕ ਬੰਦਾ ਕਹਿੰਦਾ ਮੈਨੂੰ ਪ੍ਰਮਾਣ ਦਿਓ, ਪ੍ਰਮਾਣ ਦਿਓ, ਮੈਨੂੰ ਦੱਸੋ, ਮੈਨੂੰ ਸਮਝਾਓ। ਬਾਬਾ ਬੁੱਢਾ ਜੀ ਨੇ ਪ੍ਰੇਮ ਕੀਤਾ, 113 ਸਾਲ ਪ੍ਰੇਮ ਜੀ ਨਿਭਾ ਦਿੱਤੇ, ਪ੍ਰਮਾਣ ਨਹੀਂ ਮੰਗਿਆ। ਜਦੋਂ ਉਸ ਨਾਸਤਿਕ ਨੇ ਪ੍ਰਮਾਣ ਮੰਗਿਆ ਤੇ ਸਾਧੂ ਵਸ ਕੇ ਕਹਿੰਦੇ ਛੱਡ ਪਰੇ ਭਗਤਾ, ਸਿਮਰਨ ਕਰਨਾ। ਉਹ ਅੜ ਗਿਆ, ਕਹਿੰਦਾ ਬਾਬਾ ਦੱਸਣਾ ਪਊ। ਤੇ ਸਾਧੂ ਗੰਗਾ ਕਿਨਾਰੇ ਬੈਠੇ ਨੇ ਜਿੱਥੇ ਰੇਤ ਹੁੰਦੀ ਹੈ ਤੇ ਰੇਤ ਨਾਲ ਪੱਥਰ ਵੀ ਪਏ ਹੁੰਦੇ ਹੈ। ਸਾਧੂ ਨੇ ਇੱਕ ਪੱਥਰ ਚੱਕਿਆ ਉਹਦੇ ਮੱਥੇ ਤੇ ਮਾਰ ਚੁੱਪ ਕਰਕੇ ਬਹਿ ਗਏ। ਜਦੋਂ ਪੱਥਰ ਮਾਰਿਆ ਚੁੱਪ ਕਰਕੇ ਬਹਿ ਗਏ ਤੇ ਉਹਦੇ ਪੱਥਰ ਵੱਜਿਆ, ਬੜੀ ਪੀੜਾ ਹੋਈ, ਬੜਾ ਦਰਦ ਹੋਇਆ ਤੇ ਬੜੇ ਦਰਦ ਦੇ ਵਿੱਚ ਕ੍ਰੋਧ ਵਿੱਚ ਆ ਕੇ ਸਾਧੂਆਂ ਨੂੰ ਕਹਿੰਦਾ ਬਾਬਾ ਤੂੰ ਮੇਰੇ ਨਾਲ ਆ ਕੀ ਕੀਤਾ, ਕੀ ਕਹਿਰ ਕਮਾਇਆ ਮੇਰੇ ਪੱਥਰ ਮਾਰਿਆ। ਤੇ ਸਾਧੂ ਵਸ ਕੇ ਕਹਿੰਦੇ ਕੀ ਹੋਇਆ, ਕਹਿੰਦਾ ਮੇਰੇ ਬਹੁਤ ਦਰਦ ਹੋ ਰਿਹਾ, ਤੈਨੂੰ ਪਤਾ ਕੁਛ? ਸਾਧੂ ਕਹਿਣ ਲੱਗੇ ਤੇਰੇ ਦਰਦ ਹੋ ਰਿਹਾ? ਕਹਿੰਦਾ ਹਾਂ। ਸਾਧੂ ਕਹਿੰਦੇ ਹੁਣ ਆਪਣੇ ਉਹ ਦੋ ਪ੍ਰਸ਼ਨ ਪੁੱਛ ਜਿਹੜੇ ਪੁੱਛਣੇ ਸੀ। ਕਹਿੰਦਾ ਮੈਂ ਤਾਂ ਇਹ ਪੁੱਛਣ ਆਇਆ ਸੀ ਰੱਬ ਕਿੱਥੇ ਹੈ ਤੇ ਕਿੰਨਾ ਜੀ ਪ੍ਰਸ਼ਨ ਚੇਤੇ ਆਉਂਦੇ, ਰੱਬ ਕਿੱਥੇ ਹੈ ਤੇ ਕਿੰਨਾ ਨੇੜੇ ਹੈ। ਯਾਦ ਰੱਖਿਓ, ਇਕੱਲਾ ਇਹ ਨਹੀਂ ਯਾਦ ਰੱਖਣਾ ਵੀ ਜਲੇਬੀਆਂ 'ਚ ਮਿੱਠਾ ਘੱਟ ਸੀ ਇਸ ਵਾਰ, ਰੱਬ ਕਿੱਥੇ ਹੈ ਤੇ ਕਿੰਨਾ ਨੇੜੇ ਹੈ। ਤੋ ਜਦੋਂ ਉਸਨੂੰ ਉਸਨੇ ਫਿਰ ਪੁੱਛਿਆ ਪ੍ਰਸ਼ਨ, ਕਹਿੰਦਾ ਮਹਾਰਾਜ ਕਹਿੰਦਾ ਦੋ ਪ੍ਰਸ਼ਨ ਪੁੱਛਣ ਆਇਆ ਤੂੰ ਮੇਰੇ ਪੱਥਰ ਮਾਰਿਆ। ਤੇ ਸਾਧੂ ਕਹਿੰਦੇ ਤੈਨੂੰ ਕੀ ਹੋਇਆ? ਕਹਿੰਦਾ ਮੇਰੇ ਦਰਦ ਹੋ ਰਿਹਾ। ਸਾਧੂ ਖੁਸ਼ ਹੋ ਕੇ ਕਹਿੰਦੇ ਆਈ ਕਰ, ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇ ਦੂੰ, ਤੂੰ ਮੇਰੇ ਪ੍ਰਸ਼ਨ ਦਾ ਉੱਤਰ ਦੇ ਦੂੰ। ਉਹਦਾ ਹੱਥ ਸਿਰ ਤੇ ਹੈ, ਚੀਕਾਂ ਮਾਰੀ ਜਾਂਦਾ, ਕਹਿੰਦਾ ਦੱਸ ਬਾਬਾ ਤੇਰਾ ਕੀ ਪ੍ਰਸ਼ਨ ਹੈ? ਸਾਧੂ ਕਹਿੰਦੇ ਆ ਜਿਹੜਾ ਤੇਰੇ ਪੱਥਰ ਵੱਜਿਆ ਨਾ ਜਿਹਦੇ ਨਾਲ ਦਰਦ ਹੋਇਆ, ਕਹਿੰਦੇ ਮੈਨੂੰ ਦਰਦ ਦਿਖਾ ਦੇ ਤੇ ਮੈਂ ਤੈਨੂੰ ਰੱਬ ਦਿਖਾ ਦਿਆਂਗਾ, ਤੂੰ ਮੈਨੂੰ ਦਰਦ ਦਿਖਾ ਦੇ ਮੈਂ ਤੈਨੂੰ ਰੱਬ ਦਿਖਾ ਦਿਆਂਗਾ। ਜਦੋਂ ਇੰਨੀ ਗੱਲ ਸੁਣੀ ਉਹਨੇ ਤੇ ਕਹਿੰਦਾ ਉਹ ਬਾਬਾ ਤੂੰ ਪਾਗਲ ਹੋ ਗਿਆ, ਦਰਦ ਵੀ ਦਿਖਾਇਆ ਜਾਂਦਾ ਹੈ, ਮੈਨੂੰ ਮਹਿਸੂਸ ਹੋ ਰਿਹਾ। ਕਹਿੰਦਾ ਪੱਥਰ ਤੂੰ ਮੱਥੇ 'ਚ ਮਾਰਿਆ, ਦਰਦ ਮੇਰੇ ਸਿਰ ਤੋਂ ਪੈਰ ਤੱਕ ਮਹਿਸੂਸ ਹੋ ਰਿਹਾ ਹੈ। ਤੇ ਮਹਾਂਪੁਰਸ਼ ਕਹਿੰਦੇ ਬੰਦਿਆ ਤਾਂ ਹੀ ਮੈਂ ਕਹਿ ਰਿਹਾ ਨਾਮ ਜਪ ਲੈ, ਜਿਹੜਾ ਰੱਬ ਤੂੰ ਪੁੱਛਦਾ ਹੈ ਕਿੱਥੇ ਹੈ, ਕਿੰਨਾ ਨੇੜੇ ਹੈ, ਜਦੋਂ ਤੂੰ ਜਪਣ ਲੱਗ ਗਿਆ ਤੇ ਸਿਰ ਤੋਂ ਲੈ ਕੇ ਪੈਰ ਤੱਕ ਰੋਮ ਰੋਮ ਵਿੱਚ ਗੁਰੂ ਮਹਿਸੂਸ ਹੋਣ ਲੱਗ ਜਾਂਦਾ।